ਸਤਿ ਸ਼੍ਰੀ ਅਕਾਲ ਲਿਬਰਲ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਪ੍ਰਿਯੰਕਾ ਮਿੱਲੂ ਤਾਂ ਪੰਜਾਬ ਦੇ ਵਿੱਚ ਖੇਤੀ ਨਾਲ ਸੰਬੰਧਿਤ ਨਵੇਂ ਨਵੇਂ ਜਿਹੜੇ ਨੇ ਐਕਸਪੈਰੀਮੈਂਟਸ ਕੀਤੇ ਜਾਂਦੇ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਚ ਐਸ ਫੁਲਕਾ ਸਾਹਿਬ ਨੇ ਫੁਲਕਾ ਸਾਹਿਬ ਪਹਿਲਾਂ ਏ ਐਸ ਆਰ ਵਿਧੀ ਦਾ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਜਾਣੂ ਕਰਵਾਇਆ ਹਾਲਾਂਕਿ ਬਹੁਤ ਸਾਰੇ ਕਿਸਾਨਾਂ ਤੁਹਾਨੂੰ ਫੋਲੋ ਵੀ ਕੀਤਾ ਬਹੁਤ ਸਾਰੇ ਵਾਧੇ ਵਿੱਚ ਵੀ ਰਹੇ ਨੇ ਅੱਜ ਕਿਹੜੇ ਮਾਡਲ ਦੀ ਗੱਲ ਕਰੀਏ ਦੇਖੋ ਪਹਿਲਾਂ ਜਿਹੜਾ ਏ ਐਸ ਆਰ ਵਿਧੀ ਤੁਸੀਂ ਗੱਲ ਕੀਤੀ ਹੈ ਉਹ ਮੀਡੀਆ ਨੇ ਬਹੁਤ ਸਾਥ ਦਿੱਤਾ ਉਹਦੇ ਵਿੱਚ ਤੋ ਅੱਜ ਬਹੁਤ ਕਿਸਾਨਾਂ ਨੇ ਉਹ ਇਸ ਸਰਵਿਧੀ ਨਾਲ ਬਣਾਇਆ ਔਰ ਸਾਰੇ ਬੜੇ ਖੁਸ਼ ਆ ਦੇਖੋ ਉਹਦੇ ਵਿੱਚ ਨਾਲ ਖਰਚਾ ਬਾਈ ਨਾਲੇ ਝਾੜ ਵੀ ਲਗਭਗ ਝੋਨੇ ਦਾ ਉਨਾ ਹੀ ਆਉਂਦਾ ਨਾਲੇ ਤੁਹਾਡੀ ਜਮੀਨ ਵੀ ਬਚੀ ਆ ਪਾਣੀ ਬਚਿਆ ਮਤਲਬ ਕਿ ਉਹ ਬਹੁਤ ਹੀ ਵਧੀਆ ਤਰੀਕਾ ਔਰ ਅਗਲੇ ਸਾਲ ਤੱਕ ਸਾਨੂੰ ਪੂਰੀ ਉਮੀਦ ਆ ਕਿ ਬਹੁਤ ਕਿਸਾਨ ਇਹ ਸਰਵਿਧੀ ਨੂੰ ਫੋਲੋ ਕਰਨਗੇ ਔਰ ਕੱਦੂ ਨੂੰ ਛੱਡਣਗੇ ਹੁਣ ਇਹ ਜਿਹੜੀ ਦੂਜੀਆਂ ਫਸਲਾਂ ਦੀ ਵਿਧੀ ਆ ਡਾਕਟਰ ਸਿੰਘ ਨੇ ਉਹ ਤਰੀਕਾ ਬਣਾਇਆ ਕਿ ਤਿੰਨ ਤਿੰਨ ਫਸਲਾਂ ਇਕੱਠੀਆਂ ਦੋ ਦੋ ਤਿੰਨ ਤਿੰਨ ਫਸਲਾਂ ਇਕੱਠੀਆਂ ਬੀਜੋ ਔਰ ਉਹ ਤਰੀਕੇ ਨਾਲ ਬੀਜੋ ਜਿਵੇਂ ਕਿ ਬੈਡਸ ਬਣਾ ਕੇ ਬੀਜੋ ਔਰ ਉਹ ਫਸਲਾਂ ਉਹਨਾਂ ਨੇ ਐਸੀਆਂ ਚੁਣੀਆਂ ਜਿਹੜੀਆਂ ਇੱਕ ਦੂਜੇ ਨੂੰ ਸਪੋਰਟ ਕਰਦੀਆਂ ਅਤੇ ਉਹਦੇ ਵਿੱਚ ਹੁਣ ਮਤਲਬ ਕਿ ਉਹਦੇ ਵਿੱਚ ਇੱਕੋ ਜਿਵੇਂ ਹੁਣ ਕਣਕ ਦੇ ਵਿੱਚ ਮਟਰ ਬੀਜੋ ਅਤੇ ਨਾਲ ਮੈਂਥਾ ਬੀਜੋ ਕਣਕ ਦੇ ਵਿੱਚ ਛੋਲੇ ਬੀਜੋ ਮੈਂਥਾ ਬੀਜੋ ਹੁਣ ਜਿੰਨਾ ਇੱਕ ਕਿੱਲੇ ਕਣਕ ਦੇ ਵਿੱਚ ਸਾਨੂੰ ਬੀਜਣ ਦੇ ਵਿੱਚ ਖਰਚਾ ਆਉਂਦਾ ਓਨੇ ਹੀ ਖਰਚੇ 'ਚ ਤਿੰਨੋਂ ਫਸਲਾਂ ਬੀਜ ਸਕਦੇ ਹਾਂ ਉਹ ਬੈਡਸ ਬਣਾ ਕੇ ਚਾਰ ਚਾਰ ਫੁੱਟ ਦੇ ਪੱਟੜੇ ਬਣਾ ਕੇ ਉਹਦੇ 'ਤੇ ਵੇਚਣੀ ਆ ਪਾਣੀ ਸਿਰਫ ਜਿਹੜੀ ਉਹ ਖਾਈ ਆ ਟ੍ਰੈਂਚ ਆ ਉਹਦੇ ਵਿੱਚ ਹੀ ਪਾਣੀ ਦੇਣਾ 90% ਪਾਣੀ ਦੀ ਬੱਚਤ ਆ ਖਾਦ ਬਹੁਤ ਹੀ ਘੱਟ ਲੋੜ ਹੁੰਦੀ ਆ ਸਾਲ ਦੋ ਸਾਲ ਬਾਅਦ ਤਾਂ ਉਹ ਵੀ ਲੋੜ ਹੁੰਦੀ ਬਿਨਾਂ ਖਾਦ ਤੋਂ ਜ਼ਮੀਨ ਦੀ ਉਪਜਾਊ ਸ਼ਕਤੀ ਇੰਨੀ ਵੱਧ ਜਾਂਦੀ ਆ ਬਿਨਾਂ ਖਾਦ ਤੋਂ ਉਹ ਹੁੰਦੀ ਆ ਨਾਲੇ ਇਹ ਫਸਲ ਜਿਹੜੀ ਹੁਣ ਜਦੋਂ ਆਪਾਂ ਕਣਕ ਬੀਜਦੇ ਹਾਂ ਉਹ 45-46 ਹਜ਼ਾਰ ਦੀ ਫਸਲ ਨਿਕਲਦੀ ਆ ਇਹ ਤਿੰਨੋਂ ਫਸਲਾਂ ਤੁਹਾਡੀਆਂ ਬੜੇ ਆਰਾਮ ਨਾਲ 1.25 ਲੱਖ ਦੀਆਂ ਨਿਕਲ ਜਾਂਦੀਆਂ ਇਕੱਲੇ ਹਾੜੀ ਹਾੜੀ ਦੀ ਫਸਲ 1.25 ਲੱਖ ਦੀ ਸਾਡੀ ਨਿਕਲਦੀ ਆ ਜਿੰਨੀ ਹੋਣਾ ਉਦੋਂ ਤਕਰੀਬਨ 2.5 ਗੁਣਾ ਜ਼ਿਆਦਾ ਸਾਉਣੀ ਦੀ ਫਿਰ ਉਦੋਂ ਬਾਅਦ ਚਾਹੇ ਝੋਨਾ ਬੀਜ ਲਓ ਜਾਂ ਉਹ ਵੀ ਫਿਰ ਜਿਹੜਾ ਸਿਸਟਮ ਕਹਿੰਦੇ ਉਹ ਬੀਜ ਲਓ ਮਤਲਬ ਕਿ ਇਸ ਤਰ੍ਹਾਂ ਦੇ ਅੱਜ ਅਸੀਂ ਕਿਸਾਨ ਵੀ ਲੈਂਦੇ ਆ ਜਿਹੜੇ ਕਿਸਾਨ ਇਹ ਕਰ ਰਹੇ ਆ ਜਿਹੜੇ ਕਿਸਾਨ ਇੱਥੋਂ ਕਮਾਈ ਕਰ ਰਹੇ ਆ ਉਹ ਸਾਲ ਦੀ ਆਰਾਮ ਨਾਲ 2-3 ਲੱਖ ਰੁਪਇਆ ਕਿੱਲੇ 'ਚੋਂ ਕੱਢ ਰਹੇ ਆ ਉਹ ਕਿਸਾਨ ਲੈ ਕੇ ਆਏ ਆ ਅਤੇ ਉਹ ਇਸ ਕਰਕੇ ਉਹ ਨਾਲ ਨਾਲ ਉਹਨਾਂ 'ਤੇ ਹੁਣ ਉਹ ਡਾਕਟਰ ਅਵਤਾਰ ਸਿੰਘ ਪਖਵਾੜਾ ਜਾ ਕੇ ਡਿਮੋਸਟਰੇਸ਼ਨ ਸੈਂਟਰ ਬਣਾ ਰਹੇ ਆ ਇਹ ਪ੍ਰਦਰਸ਼ਨੀ ਕੇਂਦਰ ਜਗ੍ਹਾ ਜਗ੍ਹਾ 'ਤੇ ਉਹ ਬਣਾ ਰਹੇ ਹਾਂ ਅਸੀਂ ਐੱਨ ਆਰ ਆਈਜ਼ ਨੂੰ ਵੀ ਕਿਹਾ ਕਿ ਕਈ ਐੱਨ ਆਰ ਆਈ ਬਣਾ ਰਹੇ ਆ ਬਾਕੀ ਹੋਰਾਂ ਨੂੰ ਕਿਹਾ ਕਿ ਤੁਸੀਂ ਵੀ ਆਪਣੀ ਆਪਣੀ ਜ਼ਮੀਨਾਂ 'ਤੇ ਬਣਾਓ ਅਤੇ ਇਸ ਦੇ ਨਾਲ ਕਿਸਾਨ ਦਾ ਫਾਇਦਾ ਨਾਲੇ ਤਾਂ ਦੇਖੋ ਇੱਕ ਤਰ੍ਹਾਂ ਦਾ ਤੁਹਾਡਾ ਪਾਣੀ ਦੀ ਬੱਚਤ ਆ ਨਾਲੇ ਖਾਦ ਦੀ ਲੋੜ ਨਹੀਂ ਹੈ ਤੁਸੀਂ ਜੋ ਕੈਮੀਕਲ ਜਾਂ ਉੱਥੋਂ ਬਚੇ ਹੋ ਆਪਣੇ ਘਰਾਂ 'ਚ ਵੀ ਆਪਾਂ ਇਹੀ ਚੀਜ਼ ਖਾਂਦੇ ਹਾਂ ਉਹ ਜਿਹੜੀ ਜ਼ਹਿਰ ਆਪਾਂ ਉਹਨੂੰ ਕੱਢਤਾ ਉਹ ਵੀ ਨਾਲ ਦੇ ਨਾਲੇ ਜਿਹੜਾ ਤੁਹਾਡੀ ਕਮਾਈ ਆ ਉਹ ਵੀ 2-2.5 ਗੁਣਾ ਜ਼ਿਆਦਾ ਦੇਖੋ ਪੰਜਾਬ ਦੀ ਜਿਹੜੀਆਂ ਵੱਡੀਆਂ ਸਮੱਸਿਆ ਨੇ ਜ਼ਿਆਦਾਤਰ ਸਮੱਸਿਆ ਦਾ ਹੱਲ ਇਹਦੇ ਵਿੱਚ ਆ ਜੇ ਆਪਾਂ ਛੋਟੇ ਕਿਸਾਨ ਦੀ ਆਮਦਨ ਉਹ 2-2.5 ਗੁਣਾ ਕਰਕੇ ਫੁਲਕਾ ਸਾਹਿਬ ਬੜੀ ਕਾਰਗਰ ਵਿਧੀ ਤੁਸੀਂ ਦੱਸੀ ਹੈ ਤੁਸੀਂ ਖੈਰ ਸਿਆਸਤ ਦਾ ਹਿੱਸਾ ਵੀ ਰਹੇ ਹੋ ਤੁਸੀਂ ਛੱਡ ਦਿੱਤੀ ਹੈ ਤੁਸੀਂ ਸਰਕਾਰੀ ਦਰਬਾਰੇ ਕਦੀ ਇਹਨਾਂ ਗੱਲਾਂ ਦੇ ਬਾਰੇ ਜ਼ਿਕਰ ਕੀਤਾ ਹੋਵੇ ਦੇਖੋ ਇਹ ਜਿਹੜੀ ਚੀਜ਼ ਆ ਨਾ ਇਹ ਸਮਾਜ ਨੂੰ ਬਦਲਣ ਦੀ ਲੋੜ ਆ ਇਹ ਸਰਕਾਰਾਂ ਸਮਾਜ ਨੂੰ ਨਹੀਂ ਬਦਲਦੀਆਂ ਹੁੰਦੀਆਂ ਇਹ ਸਮਾਜਿਕ ਲੋਕਾਂ ਦਾ ਕੰਮ ਆ ਤੋ ਇਹ ਸਮਾਜਿਕ ਲੋਕਾਂ ਦਾ ਕੰਮ ਆ ਇਸ ਤਰ੍ਹਾਂ ਦੀਆਂ ਮੂਵਮੈਂਟ ਲੈ ਕੇ ਚੱਲਣਾ ਅਤੇ ਉਹੀ ਚੱਲ ਰਿਹਾ ਤਾਂ ਫਿਰ ਇਹੋ ਜਿਹੀ ਜਿਹੜੀਆਂ ਵਿਧੀਆਂ ਨੇ ਜਿਨ੍ਹਾਂ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਜਿਹੜੀ ਖੇਤੀ ਦੇ ਵਿੱਚ ਕਾਰਗਰ ਸਾਬਿਤ ਹੋ ਸਕਦੇ ਨੇ ਕਿਸਾਨਾਂ ਦੇ ਲਈ ਬੜਾ ਫਾਇਦਾ ਹੋ ਸਕਦਾ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਅੱਗੇ ਬੜਾਵਾ ਦੇ ਸਕਦੇ ਹੋ ਤਾਂ ਕਿ ਵੱਧ ਤੋਂ ਵੱਧ ਕਿਸਾਨ ਜਿਹੜੇ ਆ ਤੁਹਾਨੂੰ ਫੋਲੋ ਕਰਨ ਦੇਖੋ ਇਹ ਇੱਕ ਤਾਂ ਅਸੀਂ ਮੀਡੀਆ ਨੂੰ ਬੇਨਤੀ ਕਰ ਰਹੇ ਹਾਂ ਕਿ ਮੀਡੀਆ ਨੂੰ ਲੈ ਕੇ ਅੱਗੇ ਚੱਲੇ ਫਿਰ ਅਸੀਂ ਐੱਨ ਆਰ ਆਈਜ਼ ਨੂੰ ਬੇਨਤੀ ਕਰ ਰਹੇ ਹਾਂ ਕਿ ਐੱਨ ਆਰ ਆਈ ਆਪਣੇ ਆਪਣੇ ਪਿੰਡਾਂ ਸੈਂਟਰ ਖੋਲਣ ਸਾਡਾ ਟਾਰਗੇਟ ਆ ਕਿ ਇੱਕ ਸਾਲ ਦੇ ਵਿੱਚ ਅਸੀਂ ਇਹ 550 ਸੈਂਟਰ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਖੋਲ ਦਈਏ ਅਤੇ ਦੂਜੇ ਕਿਸਾਨ ਆ ਕੇ ਉਹਨੂੰ ਦੇਖਣਗੇ ਉੱਥੋਂ ਟ੍ਰੇਨਿੰਗ ਲੈਣਗੇ ਸਿੱਖਣਗੇ ਅਤੇ ਜਾ ਕੇ ਅਸੀਂ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਥੋੜ੍ਹੀ ਥੋੜ੍ਹੀ ਜ਼ਮੀਨ ਆਪਣੀ 1 ਕਿੱਲਾ 1/2 ਕਿੱਲਾ ਇਸ ਸਿਸਟਮ ਨਾਲ ਇੱਕ ਵਾਰੀ ਲਗਾ ਕੇ ਦੇਖ ਲਓ ਇਸ ਵਾਰੀ ਜੇ ਤੁਹਾਨੂੰ ਚੰਗੇ ਲੱਗੇਗੀ ਤਾਂ ਅੱਗੇ 'ਚ ਕਰਿਓ ਪਰ ਟਰਾਈ ਤਾਂ ਕਰੋ ਨਾ ਹਾਂਜੀ ਤਾਂ ਲਗਾਤਾਰ ਜਿਹੜਾ ਹੈ ਨਵੇਂ ਖੋਜ ਕਹਿ ਸਕਦੇ ਹਾਂ ਨਵੇਂ ਐਕਸਪੈਰੀਮੈਂਟ ਕਹਿ ਸਕਦੇ ਖੇਤੀ ਦੇ ਵਿੱਚ ਲਗਾਤਾਰ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੱਧ ਤੋਂ ਵੱਧ ਇਹੋ ਜਿਹੀਆਂ ਨਵੀਆਂ ਐਕਸਪੈਰੀਮੈਂਟਸ ਦੇ ਉੱਤੇ ਜਾ ਕੇ ਜਿਹੜੀ ਖੇਤੀ ਹੈ ਖੇਤੀ ਦੇ ਪੱਧਰ ਨੂੰ ਲੈ ਕੇ ਜਾਣਾ ਚਾਹੀਦਾ ਹੈ ਕੈਮਰਾਮੈਨ ਸੁਖਵਿੰਦਰ ਦੇ ਨਾਲ ਪ੍ਰਿਯੰਕਾ ਮਿੱਲੂ ਲਿਬਰਲ ਟੀਵੀ ਚੰਡੀਗੜ੍ਹ